ਹੱਥ ਵਿੱਚ ਤਸਵੀਰ ਫੜ ਕੇ ਇਨਸਾਫ ਮੰਗਦੀ ਉਹ ਔਰਤ ਹੈ ਜਿਸ ਦੇ ਪਤੀ ਨੇ ਉਸ ਨਾਲ ਵੱਡਾ ਧੋਖਾ ਕੀਤਾ ਹੈ। ਪਤਨੀ ਤੇ ਮਾਸੂਮ 5 ਬੱਚਿਆਂ ਨੂੰ ਛੱਡ ਕੇ ਇਸ ਦੇ ਪਤੀ ਨੇ ਗੁਆਂਢਣ ਦੇ ਨਾਲ ਲਵ ਮੈਰਿਜ ਕਰਾ ਲਈ ਹੈ ਤੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ ਹੈ, ਜਿਸ ਕਰਕੇ ਹੁਣ ਇਹ ਪਤਨੀ ਦਰ ਦਰ ਦੀਆਂ ਠੁਕਰਾਂ ਖਾ ਰਹੀ ਹੈ ਤੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਮਾਮਲਾ ਅੰਮ੍ਰਿਤਸਰ ਦੇ ਗੇਟ ਹਕੀਮਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਪਰਿਵਾਰ ਦੇ ਵਿੱਚ ਹਸੀ ਖੁਸ਼ੀ ਰਹਿੰਦੇ ਵਸਦੇ ਇਸ ਪਰਿਵਾਰ ਦੇ ਵਿੱਚ ਹੁਣ ਦੁੱਖ ਹੈ, ਕਿਉਂਕਿ ਇਸ ਔਰਤ ਦੇ ਪਤੀ ਵੱਲੋਂ ਉਸ ਨਾਲ ਧੋਖਾ ਕੀਤਾ ਗਿਆ ਹੈ। ਪਤਨੀ ਨੂੰ ਛੱਡ ਕੇ ਤੇ ਮਾਸੂਮ ਬੱਚਿਆਂ ਨੂੰ ਛੱਡ ਕੇ ਉਸਨੇ ਗੁਆਂਢਣ ਦੇ ਨਾਲ ਲਵ ਮੈਰਿਜ ਕਰਾ ਲਈ ਹੈ ਤੇ ਇਹਨਾਂ ਸਾਰੇ ਪਰਿਵਾਰ ਨੂੰ ਛੱਡ ਕੇ ਇੱਥੋਂ ਚਲਾ ਗਿਆ ਹੈ, ਜਿਸ ਕਰਕੇ ਹੁਣ ਇਹ ਔਰਤ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ ਤੇ ਆਪਣੇ ਬੱਚਿਆਂ ਲਈ ਇਨਸਾਫ ਮੰਗ ਰਹੀ ਹੈ। ਔਰਤ ਦਾ ਕਹਿਣਾ ਹੈ ਕਿ ਉਸਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ, ਪਰ ਉਸਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ, ਜਿਸ ਲਈ ਮਜਬੂਰਨ ਹੁਣ ਉਹ ਸਰਕਾਰਾਂ ਦੇ ਅੱਗੇ ਗੁਹਾਰ ਲਗਾ ਰਹੀ ਹੈ, ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾ ਰਹੀ ਹੈ ਕਿ ਉਸਨੂੰ ਇਨਸਾਫ ਦਵਾਇਆ ਜਾਏ। ਇਸ ਔਰਤ ਨੇ ਵੀ ਦੱਸਿਆ ਹੈ ਕਿ ਉਸਦੇ ਪਤੀ ਦਾ ਕਾਫੀ ਸਮੇਂ ਤੋਂ ਗੁਆਂਢਣ ਦੇ ਨਾਲ ਅਫੇਅਰ ਚੱਲ ਰਿਹਾ ਸੀ, ਕਈ ਵਾਰ ਰਾਜ਼ੀਨਾਮਾ ਵੀ ਹੋਇਆ, ਪਰ ਉਸ ਤੋਂ ਬਾਅਦ ਵੀ ਇਸ ਸ਼ਖਸ ਦੇ ਵੱਲੋਂ ਧੋਖਾ ਕੀਤਾ ਗਿਆ ਹੈ ਅਤੇ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਗੁਆਂਢਣ ਦੇ ਨਾਲ ਵਿਆਹ ਕਰਾ ਕੇ ਚਲਾ ਗਿਆ ਹੈ, ਜਿਸ ਕਰਕੇ ਹੁਣ ਇਹਨਾਂ 5 ਮਾਸੂਮ ਬੱਚਿਆਂ ਦੀ ਜ਼ਿੰਮੇਦਾਰੀ ਪਾਲਣ ਪੋਸ਼ਣ ਦੀ ਸਾਰੀ ਜ਼ਿੰਮੇਦਾਰੀ ਇਸ ਔਰਤ ਤੇ ਆ ਗਈ ਹੈ ਤੇ ਇਕੱਲੀ ਮਾਂ ਇਹਨਾਂ ਬੱਚਿਆਂ ਨੂੰ ਸੰਭਾਲ ਨਹੀਂ ਸਕਦੀ ਹੈ, ਜਿਸ ਲਈ ਹੁਣ ਉਹ ਮਦਦ ਦੀ ਗੁਹਾਰ ਲਗਾ ਰਹੀ ਹੈ ਤੇ ਆਪਣੇ ਲਈ ਤੇ ਆਪਣੇ ਬੱਚਿਆਂ ਲਈ ਇਨਸਾਫ ਮੰਗ ਰਹੀ ਹੈ। ਹਸਬੈਂਡ ਨੇ ਨਾ ਦਾ ਵਿਆਹ ਕਰਾ ਲਿਆ ਭੱਜ ਕੇ। ਹਾਂਜੀ, ਮੇਰੇ 2010 'ਚ ਮੇਰਾ ਵਿਆਹ ਹੋਇਆ ਵਾ, ਬਿਨਾਂ ਤਲਾਕ ਤੋਂ ਉਹਨੇ ਵਿਆਹ ਕਰਾ ਲਿਆ ਕੋਰਟ ਮੈਰਿਜ। ਹਾਂਜੀ, ਮੈਨੂੰ ਚਾਹੀਦਾ ਇਨਸਾਫ, ਮੇਰੀ ਸਲਾਈ ਕਿਤੇ ਨਹੀਂ ਹੁੰਦੀ ਪਈ। 2010 'ਚ ਤੁਹਾਡਾ ਵਿਆਹ ਹੋਇਆ, ਉਹ ਤੋਂ ਬੱਚੇ ਕਿੰਨੇ ਨੇ ਤੁਹਾਡੇ? ਬੱਚੇ ਮੇਰੇ 5 ਜੇ। ਹਾਂਜੀ, ਤੇ ਮੈਂ ਚਾਹੁੰਦੀ ਹਾਂ ਵੀ ਮੇਰਾ ਘਰ ਵਾਲਿਆਂ ਨੂੰ ਵੀ ਸਜ਼ਾ ਹੋਵੇ, ਉਸ ਜਨਾਨੀ ਨੂੰ ਵੀ ਸਜ਼ਾ ਹੋਵੇ। ਕੀ ਕੀਤਾ ਤੁਹਾਡੇ ਘਰ ਵਾਲੇ ਨੇ, ਕੀ ਗੱਲਬਾਤ ਕੀ ਹੋਈ ਉਸ ਜਨਾਨੀ ਨਾਲ, ਵਿਆਹ ਕਿਉਂ ਕਰਾਇਆ, ਜਨਾਨੀ ਕਿੱਥੇ ਰਹਿੰਦੀ ਸੀ? ਜਨਾਨੀ ਸਾਹਮਣੇ ਸਾਡੇ ਰਹਿੰਦੀ ਜੇ, ਤੇ ਉਹਦੇ ਨਾਲ ਪਹਿਲਾਂ ਏਦਾਂ ਉਹਦੇ ਹਸਬੈਂਡ ਦੀ ਡੈਥ ਹੋ ਗਈ ਆ, ਤੇ ਉਹ ਮਤਲਬ ਏਦਾਂ ਹੀ ਉਹ ਰਿਲੇਸ਼ਨਸ਼ਿਪ 'ਚ ਰਹਿਣ ਲੱਗ ਪਈ ਇਹਨਾਂ ਨਾਲ, ਤੇ ਪਹਿਲਾਂ ਸਾਡਾ ਝਗੜਾ ਏਦਾਂ ਹੀ ਫੈਸਲਾ ਹੋ ਗਿਆ ਉਹਦੇ 'ਚ ਥਾਣੇ 'ਚ। ਪਹਿਲਾਂ ਉਹ ਕਹਿੰਦੀ ਵੀ ਮੈਂ ਨਹੀਂ, ਦੁਬਾਰਾ ਤੋਂ ਨਹੀਂ ਇਸ ਬੰਦੇ ਨਾਲ ਰੱਖੂੰਗੀ ਸੰਬੰਧ, ਅਤੇ ਬਾਅਦ 'ਚੋਂ ਫਿਰ ਦੋ ਕੁ ਮਹੀਨੇ ਬਾਅਦ ਉਹਨੇ ਫਿਰ ਇੱਦਾਂ ਭੱਜ ਕੇ ਉਹਦੇ ਨਾਲ ਵਿਆਹ ਕਰਾ ਲਿਆ, ਕੋਰਟ ਮੈਰਿਜ ਕਰਾ ਲਈ। ਅਤੇ ਮੈਨੂੰ ਇਨਸਾਫ ਚਾਹੀਦਾ ਵਾ, ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਬਈ, ਮੈਂ ਬਹੁਤ ਧੱਕੇ ਖਾਂਦੀ ਪਈ ਹਾਂ। ਕੀ ਲੱਗਦਾ ਹੈ ਕਿ ਇੱਕ ਵਿਆਹ ਹੋਣ ਤੋਂ ਬਾਅਦ ਤਲਾਕ ਨਹੀਂ ਹੋਇਆ ਅਤੇ ਉਹਦੇ ਵੱਲੋਂ ਜਿਹੜਾ ਵਿਆਹ? ਸਰ, ਮੇਰਾ ਤਲਾਕ ਨਹੀਂ ਜੇ ਹੋਇਆ, ਅਤੇ ਉਹ ਕਹਿੰਦੇ ਨੇ ਵੀ ਮੈਂ ਤੈਨੂੰ ਵੀ ਰੱਖਾਂਗਾ, ਉਹਨੂੰ ਵੀ ਰੱਖਾਂਗਾ, ਅਤੇ ਉਹਦਾ ਪਰਿਵਾਰ ਵੀ ਪਾਲਾਂਗਾ, ਅਤੇ ਮੈਂ ਆਪਣਾ ਵੀ ਪਾਲਾਂਗਾ। ਤੁਸੀਂ ਕੀ ਚਾਹੁੰਦੇ ਹੋ? ਮੈਂ ਇਨਸਾਫ, ਮੈਂ ਉਹਦੇ ਨਾਲ ਨਹੀਂ ਰਹਿਣਾ ਸਰ, ਮੈਂ ਉਹਨੂੰ ਆਪਣੇ ਘਰ ਨਹੀਂ ਬਣਨ ਦੇਣਾ। ਮੇਰੇ ਵੀ 5 ਬੱਚੇ, ਮੇਰੀਆਂ 3 ਬੇਟੀਆਂ, 2 ਬੇਟੇ। ਕੀ ਲੱਗਦਾ ਹੈ ਕਿ ਬਿਨਾਂ ਤਲਾਕ ਤੋਂ ਵਿਆਹ ਕਰਾਉਣਾ ਕਾਨੂੰਨੀ ਜੁਰਮ ਹੈ, ਕੀ ਕਾਰਵਾਈ ਦੀ ਮੰਗ ਕਰਦੇ? ਜੁਰਮ ਹੈ, ਕਾਨੂੰਨੀ ਜੁਰਮ ਹੈ। ਉਹ ਕਹਿੰਦੇ ਆ, ਉਹ ਥਾਣੇ 'ਚ ਜਾਂਦੀ, ਉਹ ਕਹਿੰਦੇ ਆ ਵੀ ਇਹ ਕੋਰਟ ਨੇ ਆਰਡਰ ਕੱਢਿਆ ਵੀ ਬੰਦਾ ਵਿਆਹ ਕਰਾ ਸਕਦਾ ਦੂਜਾ ਬਿਨਾਂ ਤਲਾਕ ਤੋਂ। ਤੁਹਾਨੂੰ ਕਿੰਨੇ ਗੱਲ ਗਈ ਇਹ? ਹਾਂਜੀ, ਕਿੰਨੇ ਗਈ ਸੀ ਇਹ ਗੱਲ? ਉਹ ਤੇ ਥਾਣੇ 'ਚ। ਤੁਸੀਂ ਦਰਖਾਸਤ ਦੇ ਕੇ ਆਏ ਹੋ? ਹਾਂਜੀ, ਦਰਖਾਸਤ ਵੀ ਦੇ ਕੇ ਆਏ। ਉਹ ਕਹਿੰਦੇ ਕੋਈ ਫਾਇਦਾ ਨਹੀਂ ਆ, ਤੁਸੀਂ ਆਪਣੇ ਬੱਚੇ ਪਾਲੋ, ਉਹਨੂੰ ਰਹਿਣ ਦਿਓ ਜਿੱਥੇ ਹੈ। ਮੈਂ ਕਹਿੰਦੀ ਨਹੀਂ, ਮੈਂ ਉਹਨਾਂ ਨੂੰ ਸਜ਼ਾ ਦਵਾਉਣਾ ਚਾਹੁੰਦੀ ਹਾਂ, ਕਿਉਂ ਮੈਂ ਵਾਰ ਵਾਰ ਮੇਰੇ ਵੀ ਬੱਚੇ ਮੈਂ ਕਿਸ ਤਰ੍ਹਾਂ ਪਾਲਣੇ ਜੇ, ਮੇਰੇ ਕਮਾਉਣ ਵਾਲੇ ਤਾਂ ਉਹ ਹੀ ਸੀ। ਅਤੇ ਉਹ ਜਨਾਨੀ ਨਾਲ ਉਹਨੇ ਇੱਦਾਂ, ਉਹ ਅੱਜ ਤੋਂ ਕਿੰਨੇ ਦਿਨ ਹੋ ਗਏ ਲਾ ਮਤਲਬ ਉਹਨੂੰ ਲੈ ਕੇ ਫਰਾਰ ਨੇ,
ਹੁਣ ਸਰ ਮੈਨੂੰ ਫੋਨ ਵੀ ਆਉਂਦੇ ਪਏ ਨੇ ਵੀ ਮੈਨੂੰ ਘਰ ਐਂਟਰੀ ਕਰਨ ਦੇ, ਮੈਂ ਤੇਰੇ ਪੈਰਾਂ 'ਚ ਵੀ ਡਿੱਗ ਜਾਂਗਾ। ਅਤੇ ਮੈਂ ਕਿਹਾ ਸਰ ਮੈਂ ਨਹੀਂ ਜੇ ਉਹਨੂੰ ਆਪਣੇ ਘਰ, ਮੇਰਾ ਮਕਾਨ ਵੀ ਉਹਨੇ ਗਹਿਣੇ ਪਵਾ ਦਿੱਤਾ ਜੀ 4 ਲੱਖ ਰੁਪਏ 'ਚ, ਕਹਿੰਦੇ ਮੈਂ ਸੁਧਰ ਜਾਵਾਂਗਾ ਅਤੇ ਮੈਨੂੰ ਮੇਰਾ ਮਕਾਨ ਵੀ ਛਡਾ ਕੇ ਦੇਵੇ ਅਤੇ ਮੈਨੂੰ ਜਿੱਦਾਂ ਮਰਜ਼ੀ ਨੂੰ ਇਨਸਾਫ ਦਿਵਾਓ ਮੈਨੂੰ। ਠੀਕ ਹੈ, ਹਾਂਜੀ। ਕੀ ਨਾ ਮਾਤਾ? ਕੀ ਗੱਲਬਾਤ ਕੀ ਹੋਈ ਤੁਹਾਡੇ ਬੇਟੇ ਜਿਹੜੀ? ਸਾਡੇ ਗੱਲਬਾਤ ਉਹਦੇ ਵੱਡੀ ਲੋਈ ਹੋਣ ਨਹੀਂ ਆ। ਹਾਂ, ਤੇ ਮੈਂ ਨਹੀਂ ਰੱਖਣਾ ਚਾਹੁੰਦੀ ਤੁਹਾਨੂੰ ਘਰ। ਮੈਨੂੰ ਉਹਦਾ ਮਾਤ ਮੇਰੀ ਤੋਂ ਇਹ ਹੋ ਗਿਆ, ਮੇਰੀ ਇਹ ਹੋ ਗਿਆ, ਮੇਰਾ ਆਪਣਾ ਨਹੀਂ ਹੈ ਕੋਈ। ਮੈਂ ਅੱਜ ਕੱਲ੍ਹ ਜਿਹੜਾ ਕੰਮ ਕਰਦੀ ਮੇਰੀ ਕੋਈ ਸਰਾਈ ਨਹੀਂ ਕਰਦਾ। ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਜਿਹੜਾ ਕਿ ਤੁਹਾਡੇ 5 ਪੋਤਰੇ ਪੋਤਰੀਆਂ ਵੀ ਨੇ? 2 ਪੋਤਰੇ 3 ਪੋਤਰੇ। ਹਾਂਜੀ, ਕੀ ਮੰਗ ਕੀ ਕਰਦੇ ਹੁਣ? ਠੀਕ ਹੈ, ਬਟ ਅਸੀਂ ਉਹਨੂੰ ਫੋਨ ਕਰਕੇ ਬੁਲਾਇਆ ਸੀ ਬੰਦੇ ਨੂੰ, ਉਹ ਕਹਿੰਦਾ ਕਿ ਮੈਂ ਮੈਰਿਜ ਕਰਾ ਲਈ ਹੈ ਇਹਦੇ ਨਾਲ, ਔਰ ਮੈਂ ਮੈਰਿਜ ਕਰਾ ਕੇ ਰਹਿ ਰਿਹਾ। ਇਸ ਬੇਸ 'ਤੇ ਜਿਹੜੀ ਹੈ ਪੁਲਿਸ ਦੀ ਦਖਲ ਅੰਦਾਜ਼ੀ ਜਿਹੜੀ ਉਹ ਖਤਮ ਹੋ ਜਾਂਦੀ ਆ। ਅਸੀਂ ਭੈਣ ਜੀ ਨੂੰ ਹਦਾਇਤ ਕਰਤੀ ਹੈ ਕਿ ਜਿਹੜੀ ਆਪਣੀ ਕੋਰਟ ਵਿੱਚ ਚਾਰਾਜੋਈ ਕਰਨ, ਉਹਦੀ ਕੋਰਟ ਵਿੱਚ ਕੰਪਲੇਂਟ ਕਰ ਦੇਣ ਕਿ ਜਿਹੜਾ ਇਹਨਾਂ ਨੇ ਬਿਨਾਂ ਡਿਵੋਰਸ ਤੋਂ ਜਿਹੜਾ ਦੂਜੀ ਸ਼ਾਦੀ ਕਰਵਾਈ। ਉਸਦਾ ਕਹਿਣਾ ਕਿ ਪਹਿਲਾਂ ਵੀ 2 ਵਾਰੀ ਉਸ ਲੜਕੀ ਵੱਲੋਂ ਮਾਫ਼ੀ ਮੰਗੀ ਗਈ ਸੀ ਕਿ ਮੇਰਾ ਉਸਦੇ ਘਰ ਨਾਲ ਕੋਈ ਤਾਲੁਕ ਨਹੀਂ ਹੈਗਾ, ਮੈਂ ਅੱਜ ਤੋਂ ਬਾਅਦ ਘਰ ਨਹੀਂ ਬੁਲਾਵਾਂਗੀ, ਪਰ ਇਸਦੇ ਬਾਵਜੂਦ ਵੀ ਉਹਨੇ ਵਿਆਹ ਕਰਵਾ ਲਿਆ। ਇਹ ਗੱਲਾਂ ਸਾਡੇ ਨੋਟਿਸ ਵਿੱਚ ਨਹੀਂ ਹੈਗੀਆਂ, ਉਹਨਾਂ ਦਾ ਘਰੇਲੂ ਮੈਟਰ ਹੈ।